ਹੋਰ ਦੋਸਤੋ ਕੀ ਹਾਲ ਚਾਲ ਆ। ਕੱਲ੍ਹ ਆਪਾਂ ਨੂੰ DAP ਮਿਲ ਗਈ ਆ, ਸੁਸਾਇਟੀ ਵਿੱਚੋਂ ਲੈ ਕੇ ਆਉਂਦੀ ਸੀ ਆਪਾਂ। ਤੁਹਾਨੂੰ ਦੱਸਦੇ ਹਾਂ ਸਾਰੀ ਜਾਣਕਾਰੀ ਵੀ ਸਾਨੂੰ ਕਿਵੇਂ ਦਾ ਬੋਰਾ ਮਿਲਿਆ ਅਤੇ ਨਾਲੇ ਦੇ ਸਾਨੂੰ ਕੀ ਮਿਲਿਆ ਆ। ਪਹਿਲਾਂ ਖੇਤਾਂ ਵੱਲ ਫੇਰਾ ਮਾਰ ਕੇ ਆਉਂਦੇ ਹਾਂ, ਝੋਨੇ ਦੇਖ ਕੇ ਆਉਂਦੇ ਹਾਂ ਕੀ ਹਾਲ ਝੋਨਿਆਂ ਦਾ, ਨਾਲੇ ਕੁਝ ਕਿਸਾਨੀ ਦੀਆਂ ਗੱਲਾਂ ਕਰਦੇ ਹਾਂ। ਇਹ ਜਿਹੜਾ ਸਾਰਾ ਇੱਧਰ ਝੋਨਾ ਸੁਪਰੀਮ 110 ਲੱਗਾ ਹੋਇਆ ਆ, ਇੱਧਰ ਜਿੰਨਾ ਸਾਰਾ ਦਿਖ ਰਿਹਾ ਸਾਰਾ ਸੁਪਰੀਮ 110 ਝੋਨਾ ਆ। ਇੱਕ ਉਹ ਸਾਹਮਣੇ ਪੈਲੀ ਜਿਹੜੀ ਦਿਖ ਰਹੀ ਆ ਉਹ ਥੋੜ੍ਹੀ ਆਪਣੀ ਪੀਲੀ ਹੋ ਗਈ ਹੈ ਜਲਦੀ, ਅਤੇ ਲੱਗੀ ਤਾਂ ਆਪਣੇ ਇਹਦੇ ਨਾਲ 3-4 ਦਿਨ ਹੀ ਗੇਤੀ ਸੀ, ਬਾਕੀ ਇਹ ਅਜੇ ਹਰਿਆ ਆ ਸਾਰਾ। ਅਤੇ ਉਹ ਇੱਕ ਪੈਲੀ ਹੈ ਜਿਹੜੀ ਆਪਣੀ ਸਾਹਮਣੇ ਪੀਲੀ ਦਿਖ ਰਹੀ ਆ, ਆਪਾਂ ਉਹ 'ਚ ਦੇਖ ਕੇ ਆਉਂਦੇ ਹਾਂ ਕੀ ਪ੍ਰੋਬਲਮ ਆ, ਤੇਲਾ ਲੱਗਾ ਆ ਜਾਂ ਕੀ ਗੱਲ ਹੋਈ ਆ, ਪੀਲੀ ਕਿਉਂ ਹੋ ਗਈ ਜਲਦੀ। ਪਾਣੀ ਵੀ ਚੰਗੇ ਲੱਗੇ ਆ, ਪਾਣੀ ਇਹ ਨਹੀਂ ਪਾਣੀ ਦਾ ਸੋਕਾ ਨਹੀਂ ਲੱਗਾ ਉਹਦੇ ਵਿੱਚ, ਉੱਦਾਂ ਜਾਂ ਫਿਰ ਥੋੜ੍ਹਾ ਜਲਦੀ ਪੱਕ ਗਈ ਆ। ਇੱਧਰ ਜਿਹੜੀ ਆ 1126 ਲੱਗੀ ਆ, ਇੱਧਰ ਇਹ ਲਗਭਗ ਤਿਆਰ ਹੋ ਚੱਲੀ ਆ, ਹਫ਼ਤੇ 10 ਦਿਨਾਂ ਤੱਕ ਵੱਢੀ ਜਾਏਗੀ। ਅਜੇ ਤੱਕ ਜਿਹੜੀਆਂ ਮੰਡੀਆਂ ਉਹ ਚੱਲੀਆਂ ਨਹੀਂ ਹੈਗੀਆਂ, ਹੜਤਾਲ ਚੱਲਦੀ ਆ, ਅਜੇ ਪਤਾ ਨਹੀਂ ਕਦੋਂ ਚੱਲਦੀਆਂ ਮੰਡੀਆਂ। ਇਹ ਸੈਲਰ ਮਾਲਕ ਅਤੇ ਜਿਹੜੇ ਆਪਣੇ ਆੜਤੀਏ ਨੇ ਅਤੇ ਮਜ਼ਦੂਰ ਨੇ ਸਾਰੇ ਹੜਤਾਲ ਕਰਕੇ ਬੈਠੇ ਨੇ, ਅਤੇ 1 ਸਾਲ ਹੋ ਗਿਆ ਸੈਲਰ ਮਾਲਕ ਜਿਹੜੇ ਆ, ਇਹ ਕਹਿੰਦੇ ਸਾਡੀ ਸਪੇਸ ਫੁੱਲ ਆ, ਸਾਡੇ ਕੋਲ ਲਾਉਣ ਲਈ ਥਾਂ ਹੈ ਨਹੀਂ ਆ। ਪਰ ਇਹ ਪਹਿਲਾਂ ਕਿੱਥੇ ਸੀ, ਜਦੋਂ ਹੁਣ ਕਿਸਾਨਾਂ ਦੀ ਫਸਲ ਪੱਕ ਕੇ ਤਿਆਰ ਹੋ ਜਾਂਦੀ ਆ ਉਦੋਂ ਹੜਤਾਲ ਕਰਕੇ ਬੈਠ ਜਾਂਦੇ ਆ। ਪਰ ਇਹਨਾਂ ਨੂੰ ਪਹਿਲਾਂ ਦੇਖਣਾ ਚਾਹੀਦਾ ਸਾਡੇ ਗੋਦਾਮ ਖਾਲੀ ਨਹੀਂ ਹੋਏ, ਆਪਾਂ ਉਦੋਂ ਸਰਕਾਰ ਨੂੰ ਕਹੀਏ ਜਦੋਂ ਝੋਨੇ ਲੱਗਣੇ ਸਟਾਰਟ ਹੋਏ ਸੀ ਉਦੋਂ ਸੈਲਰ ਮਾਲਕ ਨੂੰ ਦੇਖਣਾ ਚਾਹੀਦਾ ਸੀ ਕਿ ਸਾਡਾ ਅਜੇ ਗੋਦਾਮ ਖਾਲੀ ਨਹੀਂ ਹੋਇਆ, ਆਪਾਂ ਸਰਕਾਰ ਨੂੰ ਕਹਿ ਕੇ ਗੋਦਾਮ ਖਾਲੀ ਕਰਵਾਈਏ। ਪਰ ਉਦੋਂ ਇਹ ਸੁੱਤੇ ਰਹਿੰਦੇ ਆ, ਜਦੋਂ ਕਿਸਾਨ ਦੀ ਫਸਲ ਪੱਕ ਕੇ ਤਿਆਰ ਹੋ ਜਾਂਦੀ ਆ ਫਿਰ ਇਹ ਵੀ ਆਪਣੇ ਹੜਤਾਲ ਕਰਕੇ ਬੈਠ ਜਾਂਦੇ ਨੇ। ਬਾਕੀ ਜੋ ਵੀ ਧੱਕਾ ਹੁੰਦਾ ਵਿਚਾਰੇ ਕਿਸਾਨ ਨਾਲ ਹੀ ਹੁੰਦਾ ਆ। ਪਰ ਇੱਕ ਗੱਲ ਚੱਲਦੀ ਪਈ ਆ ਕਿ ਕਹਿੰਦੇ ਪਏ ਨੇ ਕਿ 1800, 1900, 2000 ਦੇ ਆਪਣੇ ਟਰਾਲੀ ਸਾਡੇ ਸੈਲਰਾਂ ਵਿੱਚ ਖਾਲੀ ਕਰ ਦਿਉ, ਪਰ ਉਦੋਂ ਸਪੇਸ ਇਹਨਾਂ ਦੀ ਕਿੱਥੇ ਬਣ ਜਾਂਦੀ ਆ, ਉਹ ਸਸਤਾ ਝੋਨਾ ਲੈਂਦੇ ਨੇ। ਬਾਕੀ ਇਹ ਚੰਮ ਇੱਦਾਂ ਚੱਲਦੇ ਰਹਿਣੇ ਆ, ਇਹ ਆਪਣਾ ਝੋਨਾ ਜਿਹੜਾ ਪੀਲਾ ਹੋਇਆ ਸੀ, ਆਪਾਂ ਹੁਣ ਦੇਖਦੇ ਹਾਂ ਇਹਨੂੰ ਕੀ ਪ੍ਰੋਬਲਮ ਆਈ ਇਹਦੇ ਵਿੱਚ, ਬਾਕੀ ਪਤਾ ਨਹੀਂ ਇਸ ਵਾਰ ਕੀ ਬਣੇਗਾ ਝੋਨੇ ਦਾ। ਤੇ ਆਪਾਂ ਆ ਗਏ ਖੇਤ ਦੇ ਵਿੱਚ, ਹੁਣ ਦੇਖਦੇ ਹਾਂ ਆਪਾਂ ਵੀ ਪੀਲਾ ਤਾਂ ਨਹੀਂ ਹੈਗਾ ਇਹਦੇ ਵਿੱਚ। ਦੇਖ ਸਕਦੇ ਹੋ ਇਹ ਤੇਲੇ ਦੀ ਸ਼ਿਕਾਇਤ ਇਹਦੇ ਵਿੱਚ ਕੋਈ ਨਹੀਂ ਹੈਗੀ। ਬਾਕੀ ਇਹਦੀ ਗਿੱਲ ਜੇ ਥੱਲੇ ਹੈਗੀ ਹੈ, ਚਾਲੀ ਸੁੱਕੀ ਨਹੀਂ ਹੈਗੀ ਪੂਰੀ, ਜਿੰਨੀ ਗਿੱਲ ਚਾਹੀਦੀ ਉੰਨੀ ਗਿੱਲ ਹੈਗੀ ਹੈ ਇਹਦੇ ਥੱਲੇ। ਬਾਕੀ ਥੋੜ੍ਹਾ ਅੱਗੇ ਹੋਰ ਦੇਖ ਸਕਦੇ ਜਾ ਕੇ, ਝੋਨਾ ਅਜੇ ਹੈਗਾ ਤਾਂ ਹਰਿਆ ਹੀ ਆ, ਪਰ ਉੱਪਰੋਂ ਜਿਹੜੀਆਂ ਇਹਦੀਆਂ ਕੁੰਬਲਾਂ ਜਿਹੀਆਂ ਉਹ ਪੀਲੀਆਂ ਪਈਆਂ ਨੇ, ਤਾਂ ਕਰਕੇ ਦੂਰੋਂ ਦੇਖਣ ਨੂੰ ਲੱਗਦਾ ਕਿ ਪੀਲਾ ਹੋਇਆ ਆ, ਪਰ ਵਿੱਚੋਂ ਹਰਿਆ ਹੀ ਆ ਸਾਰਾ ਅਜੇ। ਵੈਸੇ ਝੋਨਾ ਜਿਹੜਾ ਥੋੜ੍ਹਾ ਪੱਕ ਰਿਹਾ ਜਲਦੀ,
ਗਰਮੀ ਵੀ ਇਸ ਵਾਰ ਕਾਫੀ ਪੈ ਰਹੀ ਹੈ। ਇੱਕ ਪਾਣੀ ਇਹਨੂੰ ਆਪਾਂ ਹੋਰ ਲਗਾ ਦਾਂਗੇ ਅਜੇ, ਜਿਹੜਾ ਇਹਦੇ ਨਾਲ ਆਪਾਂ ਕਣਕ ਬੀਜ ਲਾਂਗੇ ਇਹੋ ਬੱਤਰ 'ਤੇ, ਨਾਲੇ ਅਜੇ ਦਾਣੇ ਹਰੇ ਆ ਥੋੜ੍ਹੇ ਵਿੱਚ, ਉਹਨਾਂ ਨੂੰ ਵੀ ਪਾਣੀ ਮਿਲ ਜਾਏਗਾ। ਬਾਕੀ ਅਜੇ ਮੰਡੀਆਂ ਵੀ ਸਟਾਰਟ ਨਹੀਂ ਹੋ ਰਹੀਆਂ, ਪਤਾ ਨਹੀਂ ਕਿੰਨਾ ਟਾਈਮ ਲੱਗੇਗਾ ਹੋਰ। ਦੇਖ ਸਕਦੇ ਹੋ ਤੁਸੀਂ ਤੇਲਾ ਕਿਤੇ ਨਹੀਂ ਹੈਗਾ ਇਹਦੇ ਵਿੱਚ, ਝੋਨਾ ਆਪਣਾ ਠੀਕ ਆ, ਤੇਲੇ ਦੀ ਸ਼ਿਕਾਇਤ ਵਿੱਚ ਨਹੀਂ ਹੈਗੀ ਕੋਈ। ਬਾਕੀ ਇਹ ਝੋਨਾ ਇਸ ਸਟੇਜ 'ਤੇ ਹੈਗਾ ਤੁਹਾਡਾ, ਅਤੇ ਫਿਰ ਮੇਰੇ ਹਿਸਾਬ ਨਾਲ ਕੋਈ ਸਪਰੇ ਕਰਨ ਦੀ ਲੋੜ ਨਹੀਂ ਹੈ, ਕਿਉਂਕਿ ਮੈਂ ਇੱਥੋਂ ਬਸ ਇੱਥੇ ਤੱਕ ਦੇਖਣ ਗਿਆ ਸੀ। ਇਹਨਾਂ ਝੋਨਾ ਵੀ ਕਾਫੀ ਭੱਜਦਾ ਆ ਅਤੇ ਦਾਣੇ ਕਿਰਦੇ ਵੀ ਆ, ਜੇ ਸਾਰੀ ਪਾਲੀ ਸਪਰੇ ਕਰਾਂਗੇ ਉਹਦੇ ਨਾਲ ਜ਼ਿਆਦਾ ਨੁਕਸਾਨ ਹੋਏਗਾ, ਇਸ ਲਈ ਮੇਰੇ ਹਿਸਾਬ ਨਾਲ ਹੁਣ ਸਪਰੇ ਇੱਥੇ ਕੋਈ ਵੀ ਨਹੀਂ ਕਰਨੀ ਚਾਹੀਦੀ। ਬਾਕੀ ਵੈਸੇ ਵੀ ਇਹ 20-25 ਦਿਨਾਂ ਤੱਕ ਤਿਆਰ ਹੋ ਜਾਏਗਾ ਝੋਨਾ ਸਾਰਾ, 20 ਕੁ ਦਿਨ ਲੱਗਣਗੇ ਹੋਰ, ਕੋਈ ਕੋਈ ਦਾਣਾ ਹਰਿਆ ਬਾਕੀ ਲਗਭਗ ਸਾਰਾ ਤਿਆਰ ਹੀ ਹੈ। ਬਾਕੀ ਮੰਡੀਆਂ ਦੇਖੋ ਅਜੇ ਕਦੋਂ ਚੱਲਦੀਆਂ, ਮੰਡੀਆਂ ਦਾ ਵੀ ਅਜੇ ਕੁਛ ਨਹੀਂ ਪਤਾ ਹੈਗਾ। ਇਸ ਵਾਰ ਝੋਨਾ ਰੁਲੇਗਾ ਪੂਰਾ, ਇਹ ਸਾਡੀ PR 126, ਇਹ ਵੀ ਲਗਭਗ ਪੱਕ ਕੇ ਸਾਰੀ ਤਿਆਰ ਹੀ ਹੈ, ਇਹ ਹਫ਼ਤੇ ਕੁ ਤੱਕ ਵਧਣ ਵਾਲੀ ਹੋ ਜਾਏਗੀ ਸਾਰੀ। ਰੌਲਾ ਫਿਰ ਉਹੀ ਆ, ਮੰਡੀਆਂ ਅਜੇ ਤੱਕ ਚੱਲੀਆਂ ਨਹੀਂ, ਸਾਡੀ ਪਤਾ ਨਹੀਂ ਕੀ ਬਣਨਾ ਆ। ਪਹਿਲੀ ਫਸਲ ਜਿਹੜੀ ਸਾਡੀ ਇੱਥੇ ਸਾਰੇ ਪੈਸੇ ਲੱਗੇ ਪਏ ਆ, ਪਤਾ ਨਹੀਂ ਕਦੋਂ ਵੱਟੇ ਜਾਣੇ ਆ। ਗਾੜਲੀ ਫਸਲ ਦਾ ਸਾਨੂੰ ਫਿਰ ਫਿਕਰ ਆ, DAP ਕਿੱਥੋਂ ਲੈਣੀ ਆ, ਡਾਇਆ ਕਿੱਥੋਂ ਲੈਣੀ ਆ, ਜੇ ਕਿਸੇ ਨੂੰ ਡਾਇਆ ਮਿਲ ਰਹੀ ਆ ਉਹਦੇ ਨਾਲ ਕੋਈ ਨਾ ਕੋਈ ਸਮਾਨ ਮਿਲ ਰਿਹਾ ਆ। ਆਪਾਂ ਡਾਇਆ ਲੈ ਕੇ ਆਏ ਹਾਂ, ਤੁਹਾਨੂੰ ਦੱਸਦੇ ਹਾਂ ਮੈਨੂੰ ਡਾਇਆ ਦੇ ਨਾਲ ਕੀ ਮਿਲਿਆ ਆ, ਕਿੰਨੇ ਦਾ ਪਿਆ ਸਾਨੂੰ ਡਾਇਆ ਦਾ ਬੋਰਾ। ਇਹ ਵਰਾਇਟੀ ਵੀ ਸਾਡੀ PR 126 ਆ, ਇਹ ਵੀ ਫਸਲ ਜਿਹੜੀ ਪੱਕ ਕੇ ਪੂਰੀ ਤਿਆਰ ਹੋ ਚੁੱਕੀ ਆ, 1000 ਰੁਪਏ ਸਾਡੇ ਫਸਲ 'ਤੇ ਲੱਗੇ ਹੋਏ ਨੇ। ਅਜੇ ਪਤਾ ਨਹੀਂ ਹੁਣ ਗਾੜੀ ਸਾਨੂੰ ਕਦੋਂ ਮਿਲਣੇ ਆ ਪੈਸੇ, ਕਦੋਂ ਫਿਰ ਝੋਨਾ ਚੁੱਕਿਆ ਜਾਣਾ ਆ, ਐਤਕੀ ਰੁੜੇਗਾ ਝੋਨਾ ਪੂਰਾ। ਸਰਕਾਰ ਦੀ ਕੋਈ ਨੀਤੀ ਹੈ ਨਹੀਂ ਕਿਸਾਨਾਂ ਵਾਸਤੇ, ਕਿਸਾਨ ਰੁਲਦਾ ਹੈ ਬਸ, ਪੈਸੇ ਇਕੱਠੀ ਕਰਕੇ ਉੱਥੇ ਗੱਲਾਂ ਕਰੀ ਜਾਂਦੇ, ਆਪਾਂ ਇੱਦਾਂ ਕਰ ਦਾਂਗੇ, ਆਪਾਂ ਬੰਦੋਬਸਤ ਕਰ ਲਏ ਆ। ਬੰਦੋਬਸਤ ਕੋਈ ਨਹੀਂ, ਅਜੇ ਅਜੇ 4 ਤਰੀਕ ਹੋ ਗਈ ਆ, ਅਜੇ ਤੱਕ ਕੋਈ ਤਰੀਕ ਸਟਾਰਟ ਨਹੀਂ ਹੋਈ। ਫਿਰ ਕਹਿੰਦੇ ਕਿਸਾਨ ਅੱਗ ਲਾਉਂਦੇ, ਅੱਗ ਨਾ ਲਾਉਣ ਤਾਂ ਹੋਰ ਕੀ ਕਰਨ, ਜਦੋਂ ਟਾਈਮ ਨਾਲ ਪਾਲੀ ਵਿਹਲੀ ਨਹੀਂ ਹੋਣੀ, ਕਣਕ ਦਾ ਟਾਈਮ ਲੰਘਦਾ ਜਾਂਦਾ, ਫਿਰ ਅੱਗ ਹੀ ਲਾਉਣੀ ਪੈਂਦੀ ਹਾਰ ਕੇ। ਅੱਗ ਕੋਈ ਲਾਉਣਾ ਨਹੀਂ ਚਾਹੁੰਦਾ ਵੈਸੇ, ਪਰ ਮਜ਼ਬੂਰੀ ਨੂੰ ਲਾਉਣੀ ਪੈਂਦੀ ਹੈ, ਜਦੋਂ ਪਾਲੀ ਦਾ ਕੋਈ ਹੱਲ ਨਹੀਂ ਹੁੰਦਾ ਫਿਰ ਅੱਗ ਹੀ ਲਾਉਣੀ ਪੈਂਦੀ ਸਾਰਿਆਂ ਨੂੰ ਹਾਰ ਕੇ। ਜਦੋਂ ਟਾਈਮ ਨਾਲ ਫਸਲ ਵਿਕਣੀ ਨਹੀਂ, ਟਾਈਮ ਨਾਲ ਪਾਲੀ ਨਹੀਂ ਵਿਹਲੀ ਹੋਣੀ, ਤਾਂ ਫਿਰ ਕਿਸਾਨ ਵਿਚਾਰਾ ਵੀ ਕੀ ਕਰੇਗਾ ਉੱਥੇ। ਇਹ ਆਪਾਂ DAP ਦਾ ਬੋਰਾ ਲੈ ਕੇ ਆਏ ਹਾਂ, ਸੁਸਾਇਟੀ ਵਿੱਚੋਂ ਲੈ ਕੇ ਆਏ ਹਾਂ ਆਪਾਂ, 1350 ਦਾ ਮਿਲਿਆ ਸਾਨੂੰ ਇਹ, ਅਤੇ ਨਾਲ ਇਹਦੇ ਸਾਨੂੰ ਦਿੱਤੀ ਆ ਅਤੇ ਨੈਨੋ ਯੂਰੀਆ, ਇਹ ਸਾਨੂੰ ਜਿਹੜੀ ਨੈਨੋ ਯੂਰੀਆ 250 ਰੁਪਏ ਦੀ ਦਿੱਤੀ ਆ। ਬਾਕੀ ਇਹਦਾ ਪ੍ਰਾਈਜ਼ ਜਿਹੜਾ 225 ਰੁਪਏ ਆ, ਪਰ ਸਾਨੂੰ ਇਹ 250 ਰੁਪਏ ਦੀ ਮਿਲੀ ਆ ਨੈਨੋ ਯੂਰੀਆ। ਬਾਕੀ ਇਹ ਵਰਤੋਂ ਵਿੱਚ ਆਉਂਦੀ ਨਹੀਂ, ਇਹਦੀ ਸਪਰੇ ਕੋਈ ਕਰਦਾ ਨਹੀਂ ਆ, ਕਿਉਂਕਿ ਮਹਿੰਗੀ ਪੈਂਦੀ ਬਹੁਤ ਜ਼ਿਆਦਾ, ਸਪਰੇ ਕਰਨ ਵਾਲਾ ਵੀ 40-50 ਰੁਪਏ ਪੰਪ 'ਤੇ ਲੈਂਦਾ ਆ, ਜੇ ਆਪਾਂ 5 ਪੰਪ ਵੀ ਲਾਈਏ ਅਤੇ 250-250 ਰੁਪਇਆ ਜਾਣੀ ਕਿ ਇਹਦਾ ਬਣ ਜਾਂਦਾ ਆ ਸਪਰੇ ਦਾ ਹੀ।
250 ਦੀ ਹੈ, 500 ਰੁਪਏ ਵਿੱਚ ਪੈਂਦਾ ਆ। ਅਤੇ ਯੂਰੀਆ ਦਾ ਬੋਰਾ ਜਿਹੜਾ 270 ਰੁਪਏ ਦਾ, ਅਤੇ ਖਿਲਾਰਨ ਵਾਲਾ 20-30 ਰੁਪਏ ਲੈ ਲੈਂਦਾ ਆ, 300 ਵਿੱਚ ਪੈਂਦਾ ਆ, ਇਹ ਸਾਨੂੰ ਮਹਿੰਗਾ ਪੈਂਦਾ ਆ। ਅਤੇ ਬਾਕੀ ਜਿਹੜੀ ਬਾਜ਼ਾਰ 'ਚ ਮਿਲ ਰਹੀ ਆ ਡੀ ਏ ਪੀ, ਉਹਦੇ ਨਾਲ ਵੀ ਦੁਕਾਨਦਾਰ ਕੁਛ ਨਾ ਕੁਛ ਦੇ ਰਹੇ ਆ, ਇਸ ਵਾਰ ਸ਼ੋਰਟੇਜ ਚੱਲ ਰਹੀ ਆ ਡੀ ਏ ਪੀ ਦੀ। ਇਹੋ ਗੱਲੋਂ ਸਰਕਾਰਾਂ ਸਾਰੀਆਂ ਫੇਲ ਆ, ਸਰਕਾਰਾਂ ਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਆ ਕਿ ਕਿਸਾਨਾਂ ਦੀ ਫਸਲ ਆਉਣ ਵਾਲੀ ਆ, ਆਪਾਂ ਡੀ ਏ ਪੀ ਦਾ ਪ੍ਰਬੰਧ ਕਰੀਏ ਪਹਿਲਾਂ ਹੀ। ਸਾਰੇ ਬੰਨਿਓਂ ਕਿਸਾਨ ਹੀ ਜਿਹੜਾ ਖੱਜਲ ਖੁਆਰ ਹੁੰਦਾ ਆ, ਬਾਕੀ ਦੁਕਾਨਦਾਰ ਆਪਣਾ ਆਪਣੇ ਸਾਰੇ ਜਣੇ ਆਪੋ ਆਪਣੀ ਲੁੱਟ ਕਰੀ ਜਾਂਦੇ ਆ ਬਾਜ਼ਾਰ ਦੇ ਵਿੱਚ। ਡੀ ਏ ਪੀ ਦੇ ਨਾਲ ਕੋਈ ਚੂਰਨ ਦੇਈ ਜਾਂਦਾ, ਪਾਉਣ ਲਈ ਵੱਖੋ ਵੱਖ ਪੀਆ ਤੁਹਾਨੂੰ ਲੈਣਾ ਪੈਣਾ ਨਾਲ। ਸੋਸਾਇਟੀ ਵਿੱਚੋਂ ਸਾਨੂੰ ਇਹ ਯੂਰੀਆ ਮਿਲ ਗਈ, ਨੈਨੋ ਯੂਰੀਆ। ਬਾਕੀ ਕਿਸਾਨ ਦੇ ਸਿਰ ਖਰਚੇ ਚੜ੍ਹੀ ਜਾਂਦੇ ਆ, ਬਾਕੀ 6 ਮਹੀਨੇ ਬਾਅਦ ਪਤਾ ਨਹੀਂ ਉਹਦੀ ਫਸਲ ਦਾ ਕੀ ਬਣਨਾ ਆ, ਵਿਕਣੀ ਹੈ ਕਿ ਨਹੀਂ ਵਿਕਣੀ। ਕਿਸਾਨੀ ਦਾ ਬਹੁਤ ਬੁਰਾ ਹਾਲ ਆ, ਕਿਸਾਨ ਧਰਨੇ ਲਾਉਣ ਅਤੇ ਹੋਰ ਕੀ ਕਰਨ। ਬਾਕੀ ਕਿਸਾਨ ਭਰਾਵਾਂ ਨੂੰ ਬੇਨਤੀ ਆ, ਤੁਹਾਨੂੰ ਜਿੱਥੋਂ ਵੀ ਡੀ ਏ ਪੀ ਮਿਲਦੀ ਆ ਲੈ ਲਓ, ਜੋ ਵੀ ਮਿਲਦਾ ਨਾਲ ਲੈ ਲਓ, ਤੁਹਾਡੀ ਮਜਬੂਰੀ ਆ, ਤੁਸੀਂ ਕੁਛ ਵੀ ਨਹੀਂ ਕਰ ਸਕਦੇ। ਬਾਕੀ ਸਰਕਾਰਾਂ ਕੋਈ ਵੀ ਆ ਜਾਣ, ਸਾਰੀਆਂ ਫੇਲ ਆ ਸਰਕਾਰਾਂ, ਕੋਈ ਸਰਕਾਰ ਕਿਸਾਨਾਂ ਵਾਸਤੇ ਕੁਛ ਨਹੀਂ ਕਰਦੀ, ਸਿਰਫ ਗੱਲਾਂ ਹੀ ਇਹਨਾਂ ਕੋਲ। ਬਾਕੀ ਜਿੱਦਾਂ ਤੁਹਾਨੂੰ ਡੀ ਏ ਪੀ ਮਿਲਦੀ ਆ ਲੈ ਕੇ ਰੱਖ ਛੱਡੋ ਪਹਿਲਾਂ, ਬਾਅਦ ਵਿੱਚ ਬਲੈਕ ਹੋਰ ਵੱਧ ਜਾਏਗੀ, 2-2 ਹਜ਼ਾਰ ਦਾ ਬੋਰਾ ਮਿਲੇਗਾ ਬਾਅਦ ਵਿੱਚ। ਬਾਕੀ ਤੁਸੀਂ ਗੱਲ ਨਾਲ ਸਹਿਮਤ ਹੋ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ, ਮਿਲਦੇ ਹਾਂ ਕਿਸੇ ਅਗਲੀ ਵੀਡੀਓ ਵਿੱਚ।